ਪੰਜਾਬ ਚ ਪ੍ਰਧਾਨ ਮੰਤਰੀ ਦੀ ਇਹ ਪਹਿਲੀ ਰੈਲੀ ਹੈ। ਰੈਲੀ ਤੋਂ ਪਹਿਲਾਂ ਹੀ ਮਾਹੌਲ ਪੰਜਾਬ ਦੇ ਵਿੱਚ ਭੱਕ ਚੁੱਕਿਆ ਹੈ। ਖਾਸ ਤੌਰ ਦੇ ਉੱਤੇ ਸ਼ਾਹੀ ਸ਼ਹਿਰ ਪਟਿਆਲਾ ਦੇ ਵਿੱਚ ਸੁਰੱਖਿਆ ਦੇ ਸਖਤ ਇੰਤਜ਼ਾਮ ਨੇ। ਰੈਲੀ ਵੱਲ ਕੂਚ ਕਰ ਰਹੇ ਕਿਸਾਨਾਂ ਨੂੰ ਪੁਲਿਸ ਨੇ ਰਾਹ ਦੇ ਵਿੱਚ ਹੀ ਰੋਕਿਆ। ਥਾਂ ਥਾਂ ਦੇ ਉੱਤੇ ਨਾਕੇਬੰਦੀ ਕਰਕੇ ਕਿਸਾਨ ਰੋਕੇ ਗਏ ਨੇ। ਸੰਗਰੂਰ ਦੇ ਵਿੱਚ ਕਿਸਾਨਾਂ ਨੇ ਹੰਸ ਰਾਜ ਹੰਸ ਨੂੰ ਘੇਰਾ ਪਾਇਆ। ਜੀਆਂ ਰੈਲੀ ਵੱਲ ਜਾ ਰਹੇ ਹੰਸ ਦੀ ਗੱਡੀ ਨੂੰ ਕਿਸਾਨਾਂ ਨੇ ਘੇਰਾ ਪਾ ਕੇ ਰੋਕਿਆ। ਆਪਣਾ ਵਿਰੋਧ ਕਿਸਾਨਾਂ ਦੇ ਵੱਲੋਂ ਜ਼ਾਹਰ ਕੀਤਾ ਅਤੇ ਉਸ ਵਕਤ ਦੀ ਤਸਵੀਰ ਵੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ। ਤਾਂ ਇਹ ਸੰਗਰੂਰ ਦੀ ਤਸਵੀਰ ਜਿੱਥੇ ਕਿਸਾਨਾਂ ਨੂੰ ਪੁਲਿਸ ਨੇ ਰੋਕਿਆ ਅਤੇ ਕਿਸਾਨਾਂ ਨੇ ਰੋਸ ਦੇ ਵਜੋਂ ਹੰਸਰਾਜ ਹੰਸ ਦੀ ਗੱਡੀ ਨੂੰ ਰੋਕਿਆ। ਤਾਂ ਤਸਵੀਰ ਦੇ ਵਿੱਚ ਗੱਡੀ ਦੇ ਵਿੱਚ ਬੈਠੇ ਹੰਸਰਾਜ ਹੰਸ ਨਜ਼ਰ ਆ ਰਹੇ ਨੇ। ਫਰੀਦਕੋਟ ਲੋਕ ਸਭਾ ਹਲਕਾ ਤੋਂ BJP ਦੇ ਉਮੀਦਵਾਰ ਨੇ ਹੰਸਰਾਜ ਹੰਸ ਜੋ ਰੈਲੀ ਵਾਲੀ ਥਾਂ ਦੇ ਲਈ ਜਾ ਰਹੇ ਸਨ, ਜਿਨ੍ਹਾਂ ਨੂੰ ਕਿਸਾਨਾਂ ਦੇ ਵੱਲੋਂ ਰੋਕਿਆ ਗਿਆ। ਤਾਂ ਹੁਣ ਸਿੱਧਾ ਤੁਹਾਨੂੰ ਸੰਗਰੂਰ ਲੈ ਕੇ ਚੱਲਦੇ ਹਾਂ, ਜਿੱਥੇ ਗੁਰਦਰਸ਼ਨ ਸਿੰਘ ਲਾਈਵ ਜਿਹੜੇ ਨੇ ਉਹ ਜੁੜੇ ਹੋਏ ਨੇ। ਤਾਂ ਖਾਸ ਤੌਰ ਦੇ ਉੱਤੇ ਉਹਨਾਂ ਦਾ ਰੁੱਖ ਕਰ ਲੈਂਦੇ ਹਾਂ। ਤਾਂ ਜਿਸ ਤਰੀਕੇ ਦੇ ਨਾਲ ਫਿਲਹਾਲ ਗੁਰਦਰਸ਼ਨ ਮੌਕੇ ਦੀ ਤਸਵੀਰ ਜਿਹੜੀ ਹੈ ਉਹ ਵੇਖੀ ਜਾ ਰਹੀ ਹੈ, ਖਾਸ ਤੌਰ ਦੇ ਉੱਤੇ ਹੰਸਰਾਜ ਹੰਸ ਨੂੰ ਕਿਸਾਨਾਂ ਦੇ ਵੱਲੋਂ ਘੇਰਾ ਪਾਇਆ ਗਿਆ। ਅਮਨ, ਜੇ ਦੇ ਗੱਲ ਕੀਤੀ ਜਾਵੇ ਹੰਸਰਾਜ ਹੰਸ ਦੀ ਗੱਡੀ ਹਜੇ ਵੀ ਘਿਰੀ ਹੋਈ ਹੈ। ਇੱਕ ਗੱਲ ਤੁਹਾਨੂੰ ਦੱਸਾਂ ਕਿ ਮੈਂ ਪਟਿਆਲੇ ਹਾਂ, ਕਿਉਂਕਿ ਪਟਿਆਲੇ ਦੀਆਂ ਜਿਹੜੀਆਂ ਤਸਵੀਰਾਂ ਦਿਖਾ ਰਿਹਾ ਇਹ ਪਸਾਣਾ ਪੁਲ ਹੈ, ਉਹ ਤਸਵੀਰਾਂ ਨੇ। ਤੁਸੀਂ ਹੰਸਰਾਜ ਹੰਸ ਦੀ ਗੱਡੀ ਕਦੇ ਉੱਧਰ ਨੂੰ ਜਾਂਦੀ ਹੈ, ਕਦੇ ਉੱਧਰ ਨੂੰ ਜਾਂਦੀ ਹੈ, ਪਰ ਕਿਸਾਨਾਂ ਨੇ ਘੇਰੀ ਹੋਈ ਹੈ। ਤੁਸੀਂ ਦੇਖੋ ਕਿ ਹਾਲਾਤ ਕੀ ਬਣੇ ਹੋਏ ਆ ਇੱਥੇ। ਪੂਰੇ ਜਿਹੜੇ ਕਹਿ ਸਕਦੇ ਪ੍ਰਸ਼ਾਸਨ ਦੀ ਅਣਗਹਿਲੀ ਦੇ ਕਾਰਨ ਤਣਾਅਪੂਰਨ ਪਰ ਜਿਹੜੇ ਹਾਲਾਤ ਇੱਥੇ ਬਣੇ ਹੋਏ ਆ। ਬਾਈ ਜੀ, ਕੀ ਕਾਰਨ ਆ ਜਿਹੜਾ ਇੰਨਾ ਵਿਰੋਧ ਹੋ ਰਿਹਾ? ਇਹ ਵਿਰੋਧ ਨਹੀਂ ਜੀ, ਇਹ ਸਿਰਫ ਪੂਰੇ ਕਿਸਾਨਾਂ ਦੇ ਵਿੱਚ ਪੂਰੀ ਫਿਰਕਾ ਪ੍ਰਸਤੀ ਫੈਲਾਉਣ ਆਇਆ ਇਹ। ਇਹਨੂੰ ਜਦੋਂ ਪਤਾ ਹੈ ਵੀ ਅੱਜ ਉਰੇ ਮਾਹੌਲ ਠੀਕ ਨਹੀਂ ਹੈਗਾ, ਥਾਂ ਥਾਂ ਪਟਿਆਲਾ ਸੀਲ ਕੀਤਾ ਹੋਇਆ ਹੈ, ਜਾਣ ਬੁੱਝ ਕੇ ਪੰਗੇ ਲੈਂਦਾ ਕਿਸਾਨਾਂ ਨਾਲ, ਮਾਹੌਲ ਨੂੰ ਖਰਾਬ ਕਰਨਾ ਚਾਹੁੰਦਾ ਇਹ ਬੰਦਾ। ਤੁਸੀਂ ਸੁਣਿਆ ਕਿ ਕਿਸਾਨਾਂ ਦਾ ਕਹਿਣਾ ਕਿ ਜਾਣ ਬੁੱਝ ਕੇ ਮਾਹੌਲ ਖਰਾਬ ਕਰਨਾ ਚਾਹੁੰਦਾ? ਜਿਹੜੇ ਹਾਲਾਤ ਨੇ ਬੜੇ ਤਣਾਅਪੂਰਨ ਬਣੇ ਹੋਏ ਨੇ, ਗੱਡੀ ਦੇ ਉੱਤੇ ਕਿਸਾਨ ਗੁੱਸੇ 'ਚ ਆ ਕੇ ਮੁੱਕੀਆਂ ਵੀ ਮਾਰ ਰਹੇ ਨੇ। ਤੇ ਜਿਹੜੀ ਸਕਿਉਰਿਟੀ ਲੋਕੇਸ਼ਨ ਜ਼ਰੂਰ ਦੱਸੋ ਕਿ ਕਿਸ ਥਾਂ ਦੇ ਉੱਤੇ ਕਿਸਾਨਾਂ ਨੇ ਹੰਸਰਾਜ ਹੰਸ ਨੂੰ ਘੇਰਾ ਪਾਇਆ ਹੋਇਆ, ਤੇ ਦੂਜੀ ਗੱਲ ਕੀ ਜਿਉਂ ਦੀ ਤਿਉਂ ਸਥਿਤੀ ਬਰਕਰਾਰ ਹੈ, ਅੱਗੇ ਨਹੀਂ ਵਧਣ ਦਿੱਤਾ ਜਾ ਰਿਹਾ? ਤੁਸੀਂ ਦੇਖੋ ਕਿ ਜਿਹੜੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਨੇ, ਇਹ ਘੱਟੋ ਘੱਟ 3 ਵਾਰੀ ਗੱਡੀ ਉੱਥੇ ਕੀ ਕੀ ਕਹਿਣਾ ਚਾਹੁੰਦੇ? ਅਸੀਂ ਕਹਿੰਦੇ ਇੱਕ ਬੰਦਾ ਲੈ ਜਾ ਨਾਲ, ਮੋਦੀ ਨਾਲ ਗੱਲ ਕਰਾ ਦੇ, ਆਹ ਸਾਡਾ ਹੱਕ ਆ। ਕਿਸਾਨਾਂ ਦਾ ਕਹਿਣਾ ਕਿ ਇੱਕ ਬੰਦੇ ਨੂੰ ਨਾਲ ਲੈ ਕੇ ਜਾਵੇ ਤੇ ਮੋਦੀ ਨਾਲ ਗੱਲ ਕਰਾਵੇ ਤੇ ਜੋ ਤਾਂ ਕਿ ਅਸੀਂ ਆਪਣੀਆਂ ਮੁਸ਼ਕਲਾਂ ਦੱਸ ਸਕੀਏ। ਤੁਸੀਂ ਦੇਖੋ ਕਿ ਹੰਸਰਾਜ ਹੰਸ ਦੀ ਗੱਡੀ ਦਾ ਕਿੰਨਾ ਵਿਰੋਧ ਜਿਹੜਾ ਗੁਰਦਰਸ਼ਨ ਆਪਣੀ ਇੱਕ ਵਾਰ ਮਿਲਟਰੀ ਫੋਰਸ ਹੈ ਉਹ ਵੀ ਜ਼ਰੂਰ ਦੱਸੋ ਕਿ ਕਿੱਥੇ ਇਸ ਵਕਤ ਜਿਹੜਾ ਹੰਸਰਾਜ ਹੰਸ ਦੀ ਗੱਡੀ ਨੂੰ ਘੇਰਾ ਪਾਇਆ ਹੋਇਆ ਕਿਸਾਨਾਂ ਨੇ। ਜੇ ਗੱਲ ਕੀਤੀ ਜਾਵੇ ਅਮਨ, ਮੈਂ ਇਸ ਟਾਈਮ ਪਟਿਆਲਾ ਦੇ ਪਸਾਣਾ ਪੁਲ ਦੇ ਉੱਤੇ ਖੜਾ ਹੋਇਆ, ਕਿਉਂਕਿ ਐਂਟਰੀ ਹੁੰਦੀ ਹੈ ਜਦੋਂ ਪਟਿਆਲੇ ਦੇ ਵਿੱਚ, ਉਸ ਜਗ੍ਹਾ ਤੇ ਖੜਾ ਹੋਇਆ। ਉਸ ਜਗ੍ਹਾ ਤੇ ਕਿਸਾਨਾਂ ਨੂੰ ਰੋਕਿਆ ਗਿਆ ਸੀ, ਪਰ ਹੁਣ ਜਿਹੜੇ ਹਾਲਾਤ ਨੇ ਬੜੇ ਤਣਾਅਪੂਰਨ ਬਣੇ ਹੋਏ ਨੇ, ਕਿਉਂਕਿ 3 ਵਾਰੀ ਗੱਡੀ ਹੰਸਰਾਜ ਦੀ ਤਕਰੀਬਨ 1 ਘੰਟੇ ਤੋਂ ਗੱਡੀ ਇੱਥੇ ਘੁੰਮਦੀ ਨਜ਼ਰ ਆ ਰਹੀ ਹੈ 2 ਕਿਲਿਆਂ ਦੀ ਬਾਹੀ ਦੇ ਵਿੱਚ। ਬਹੁਤ ਵੱਡਾ ਵਿਰੋਧ ਆ ਜਿਹੜਾ ਹੰਸਰਾਜ ਹੰਸ ਨੇ ਪ੍ਰਸ਼ਾਸਨ ਰਾਹੀਂ ਮਾਫ਼ੀ ਵੀ ਮੰਗੀ ਹੈ।
ਪਰ ਕਿਸਾਨਾਂ ਦਾ ਕਹਿਣਾ ਕਿ ਜਿੰਨਾ ਚਿਰ ਜਨਤਕ ਮਾਫ਼ੀ ਨਹੀਂ ਮੰਗੇਗਾ ਜਾਂ ਮੀਡੀਆ ਮੂਹਰੇ ਆ ਕੇ ਮਾਫ਼ੀ ਨਹੀਂ ਮੰਗੇਗਾ ਇਸ ਨੂੰ ਮਾਫ਼ੀ ਨਹੀਂ ਦਿੱਤੀ ਜਾਵੇਗੀ। ਹੰਸਰਾਜ ਹੰਸ ਬੇਬਸ ਨਜ਼ਰ ਆ ਰਹੇ ਨੇ ਕਿਉਂਕਿ ਜਿਹੜਾ 2 ਤਰੀਕ ਨੂੰ ਗੋਡੇ ਟੇਕਣ ਦੀ ਗੱਲ ਕੀਤੀ ਸੀ ਉਸ ਗੱਲੋਂ ਜਿਹੜਾ ਕਿਸਾਨਾਂ ਦੇ ਵਿੱਚ ਵਿਰੋਧ ਹੈ ਉਸ ਚੀਜ਼ ਦਾ ਹੋ ਰਿਹਾ। ਇਹ ਜਿਹੜੀਆਂ ਤਸਵੀਰਾਂ ਤੁਹਾਨੂੰ ਅਸੀਂ ਲਾਈਵ ਦਿਖਾ ਰਹੇ ਹਾਂ ਹੰਸਰਾਜ ਹੰਸ ਦੀ ਗੱਡੀ ਦੀਆਂ ਤਸਵੀਰਾਂ ਨੇ, ਤੁਸੀਂ ਦੇਖੋ ਕਿ ਕਿਸਾਨਾਂ ਦੇ ਵਿਚਕਾਰ ਘਿਰੀ ਹੋਈ ਇਹ ਗੱਡੀ। ਕਿਤੇ ਨਾ ਕਿਤੇ ਇਹ ਜ਼ਰੂਰ ਲੱਗ ਰਿਹਾ ਕਿਸਾਨਾਂ ਨੂੰ ਕਿ ਸਾਡਾ ਇੱਕ ਬੰਦਾ ਲਿਆਇਆ ਜਾਵੇ ਜੋ ਕਿ ਨਰਿੰਦਰ ਮੋਦੀ ਨੂੰ ਅਸੀਂ ਆਪਣੀਆਂ ਮੁਸ਼ਕਲਾਂ ਦੱਸ ਸਕੀਏ। ਕਿਸ ਗੱਲੋਂ ਕਿਸਾਨ ਨੇ ਜਿਹੜੇ ਦੁਬਾਰਾ ਤੋਂ ਵਾਡਾਂ ਦੇ ਉੱਤੇ ਬੈਠੇ ਹੋਏ ਨੇ, ਕੱਲ੍ਹ ਤੋਂ ਐਲਾਨ ਕੀਤਾ ਗਿਆ ਸੀ ਪਰ ਪ੍ਰਸ਼ਾਸਨ ਦੀ ਵੱਡੀ ਚੁੱਕ ਨੇ ਅੱਜ ਹੰਸਰਾਜ ਹੰਸ ਨੂੰ ਵੱਡੀ ਮੁਸੀਬਤ ਦੇ ਵਿੱਚ ਫਸਾਇਆ ਹੋਇਆ। ਇਸ ਦਾ ਜ਼ਿੰਮੇਵਾਰ ਕੌਣ ਹੋ ਸਕਦਾ? ਇਹ ਜਿਹੜੀਆਂ ਗੱਲਾਂ ਨੇ ਕੋਈ ਵੀ ਪ੍ਰਸ਼ਾਸਨ ਅਧਿਕਾਰੀ ਜਵਾਬ ਦੇਣ ਦਾ ਨਜ਼ਰ ਨਹੀਂ ਆਉਂਦਾ, ਉਲਟਾ ਚੁੱਪ ਕਰਕੇ ਮਤਲਬ ਕਿ ਨਜ਼ਰ ਆਉਂਦੇ ਨੇ। ਤੇ ਕਿਸਾਨਾਂ ਦੇ ਵਿੱਚ ਤੁਸੀਂ ਆਵਾਜ਼ਾਂ ਸੁਣ ਰਹੇ ਹੋ ਕਿੰਨੀਆਂ ਗੁੱਸੇ ਦੇ ਵਿੱਚ ਨੇ। ਜਿਹੜਾ ਗਲਤ ਇਹਨਾਂ ਦਾ ਕਹਿਣਾ ਕਿ ਗਲਤ ਬਿਆਨਬਾਜ਼ੀ ਕਿਸਾਨਾਂ ਦੇ ਪ੍ਰਤੀ ਕਰੂਗਾ ਤਾਂ ਉਹਦਾ ਹਸਰਾ ਜਿਹੜਾ ਇਦਾਂ ਹੀ ਹੋਊਗਾ। ਪਰ ਹੁਣ ਸਵਾਲ ਇਹ ਉੱਠਦਾ ਕਿ 4 ਵਜੇ ਦਾ ਟਾਈਮ ਸੀ ਨਰਿੰਦਰ ਮੋਦੀ ਦਾ, 4 ਵੱਜ ਚੁੱਕੇ ਨੇ ਤੇ ਹੁਣ ਕਦੋਂ ਕਿੱਦਾਂ ਦਾ ਮਾਹੌਲ ਬਣਦਾ ਤੁਸੀਂ ਦੇਖੋਗੇ। ਹਾਲਾਤ ਜਿਹੜੇ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਬੜੇ ਤਣਾਅਪੂਰਨ ਬਣੇ ਹੋਏ ਆ। ਗੱਡੀ 4 ਫੁੱਟ ਉੱਧਰ ਜਾਂਦੀ ਹੈ ਤੇ ਮੁੜ ਕੇ ਫੇਰ ਉੱਥੇ ਆਉਂਦੀ ਹੈ। ਅੱਗੋਂ ਪਹਿਲਾਂ ਗੱਡੀ ਕੱਢਤੀ ਸੀ ਤੇ ਉਸ ਤੋਂ ਬਾਅਦ ਕਿਰਤੀ ਕਿਸਾਨ ਯੂਨੀਅਨ ਵੱਲੋਂ ਗੱਡੀ ਨੂੰ ਘੇਰਿਆ ਗਿਆ। ਉਹਨਾਂ ਦਾ ਕਹਿਣਾ ਕਿ ਜਿਹੜੀਆਂ ਇਹ ਹੰਸਰਾਜ ਹੰਸ ਨੇ ਬਿਆਨ ਦਿੱਤਾ ਹੈ ਇਹ ਸਾਨੂੰ ਗਾਲੀ ਦੇ ਬਰਾਬਰ ਹੈ ਕਿ ਕਿਸਾਨਾਂ ਨੂੰ 2 ਤਰੀਕ ਨੂੰ ਗੋਟਣੇ ਟੇਕਣੇ ਪੈਣਗੇ ਜਿਹੜੇ ਸਾਡਾ ਘਿਰਾਓ ਕਰਦੇ ਨੇ। ਉਸੇ ਚੀਜ਼ ਦਾ ਅੱਜ ਵਿਰੋਧ ਆ ਜਿਹੜਾ ਹੰਸਰਾਜ ਹੰਸ ਨੂੰ ਝੱਲਣਾ ਪੈ ਰਿਹਾ। ਪਰ ਹੁਣ ਮੈਂ ਤੁਹਾਨੂੰ ਫੇਰ ਦੱਸ ਰਿਹਾ ਕਿ ਪ੍ਰਸ਼ਾਸਨ ਰਾਹੀਂ ਮਾਫ਼ੀ ਮੰਗੀ ਹੈ ਪਰ ਪ੍ਰਧਾਨ ਨੇ ਕਿਹਾ ਕਿ ਜਨਤਕ ਮਾਫ਼ੀ ਆ ਜਿਹੜੀ ਉਹ ਮੰਗਣੀ ਚਾਹੀਦੀ। ਹੁਣ ਗੱਡੀ ਪ੍ਰਸ਼ਾਸਨ ਆ ਜਿਹੜਾ ਧੱਕੇ ਨਾਲ ਅੱਗੇ ਕੱਢ ਰਿਹਾ। ਤੁਸੀਂ ਦੇਖੋਗੇ ਪੁਲਿਸ ਪ੍ਰਸ਼ਾਸਨ ਦਾ ਪੂਰਾ ਜ਼ੋਰ ਲੱਗਿਆ ਹੋਇਆ ਕਿ ਕਿਵੇਂ ਜਿਹੜੇ ਚਾਰੇ ਪਾਸਿਓਂ ਘੇਰ ਕੇ ਗੱਡੀ ਨੂੰ ਕੱਢਿਆ ਜਾ ਰਿਹਾ। ਪਰ ਕਿਸਾਨ ਵੀ ਜਿਹੜੇ ਅੱਗੇ ਭੱਜਦੇ ਨਜ਼ਰ ਆ ਰਹੇ ਨੇ। ਇਹ ਜਿਹੜੀਆਂ ਤਸਵੀਰਾਂ ਨੇ ਪਛਾਣਾ ਪੁਲ ਪਟਿਆਲਾ ਦੀਆਂ ਗੱਡੀਆਂ ਨੂੰ ਪ੍ਰਸ਼ਾਸਨ ਕੱਢਣ ਦੇ ਵਿੱਚ ਕਾਮਯਾਬ ਹੋ ਚੁੱਕਿਆ। ਬੜੀ ਜੱਦੋ ਜਹਿਦ ਦੇ ਨਾਲ ਕਿ ਜਿਹੜੇ ਗੱਡੀਆਂ ਨੇ ਹੰਸਰਾਜ ਹੰਸ ਦੀਆਂ ਕੱਢੀਆਂ ਗਈਆਂ ਨੇ। ਤੁਸੀਂ ਦੇਖੋਗੇ ਪੁਲਿਸ ਉਨੀ ਹੀ ਪੁਲਿਸ ਵੱਡੀ ਗਿਣਤੀ ਦੇ ਵਿੱਚ ਇੱਥੇ ਬੁਲਾਈ ਗਈ ਹੈ ਤੇ ਜਿਹੜੇ ਹਾਲਾਤ ਨੇ ਬੜੇ ਤਣਾਅਪੂਰਨ ਬਣੇ ਰਹੇ ਨੇ ਕਿਉਂਕਿ ਲਗਾਤਾਰ ਅਸੀਂ ਤਸਵੀਰਾਂ ਦਿਖਾਉਂਦੇ ਰਹੇ ਹਾਂ। ਕਿਉਂਕਿ ਪਿਛਲੀਆਂ ਜਿਹੜੀਆਂ ਪਿਛਲੀਆਂ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਕਿਉਂਕਿ ਇਸ ਮਸਲੇ ਦੇ ਵਿੱਚ ਜੇ ਗੱਲ ਕੀਤੀ ਜਾਵੇ ਪ੍ਰਸ਼ਾਸਨ ਨੇ ਵੱਡੀ ਜਿਹੜੀ ਗੁਰਦਰਸ਼ਨ ਤੁਸੀਂ ਸਾਡੇ ਨਾਲ ਬਣੇ ਰਹੋ। 2 ਤਸਵੀਰਾਂ ਤੁਹਾਨੂੰ ਅਸੀਂ ਵਿਖਾ ਰਹੇ ਹਾਂ। ਇੱਕ ਪਾਸੇ ਪਟਿਆਲਾ ਸੰਗਰੂਰ ਰੋਡ ਦੇ ਉੱਤੇ ਕਿਸਾਨਾਂ ਨੇ ਹੰਸਰਾਜ ਹੰਸ ਨੂੰ ਘੇਰਾ ਪਾਇਆ ਹੋਇਆ ਸੀ ਤਾਂ ਵਿਰੋਧ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ। ਦੂਜੀ ਤਸਵੀਰ ਪਟਿਆਲਾ ਦੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੁਝ ਹੀ ਦੇਰ ਦੇ ਵਿੱਚ ਪਹੁੰਚਣ ਜਾ ਰਹੇ ਨੇ, ਉਹਨਾਂ ਦੇ ਵੱਲੋਂ ਸੰਬੋਧਨ ਵੀ ਕੀਤਾ ਜਾਣਾ ਤਾਂ ਖਾਸ ਤੌਰ ਦੇ ਉੱਤੇ ਬੀਜੇਪੀ ਦੇ ਵੱਲੋਂ ਪੰਜਾਬ ਦੇ ਵਿੱਚ ਹੁਣ ਅਧਿਕਾਰਕ ਤੌਰ ਦੇ ਉੱਤੇ ਇੱਕ ਪਹਿਲੀ ਜਿਹੜੀ ਰੈਲੀ ਹੈ ਉਹ ਕੀਤੀ ਜਾਏਗੀ। ਤਾਂ ਸੰਗਰੂਰ ਪਟਿਆਲਾ ਰੋਡ ਦੀ ਇਹ ਤਸਵੀਰ ਹੈ ਜਿੱਥੇ ਹੰਸਰਾਜ ਹੰਸ ਨੂੰ ਕਿਸਾਨਾਂ ਨੇ ਘੇਰਾ ਪਾਇਆ ਹੋਇਆ ਸੀ। ਹਾਲਾਂਕਿ ਜਿਸ ਤਰੀਕੇ ਦੀ ਤਸਵੀਰ ਇੱਥੇ ਵੇਖਣ ਨੂੰ ਮਿਲੀ ਹੈ ਤਾਂ ਬਹੁਤ ਵੱਡੀ ਗਿਣਤੀ ਦੇ ਵਿੱਚ ਕਿਸਾਨ ਜਿਹੜੇ ਨੇ ਉਹ ਜੁਟੇ ਹੋਏ ਨੇ, ਇਕੱਠੇ ਨੇ। ਹਾਲਾਂਕਿ ਵੱਡੀ ਗਿਣਤੀ ਦੇ ਵਿੱਚ ਪੁਲਿਸ ਪ੍ਰਸ਼ਾਸਨ ਵੀ ਤਾਂ ਪਟਿਆਲਾ ਦੇ ਧਰੇੜੀ ਜੱਟਾਂ ਟੋਲ ਪਲਾਜ਼ਾ ਤੋਂ ਮੇਰੇ ਸਹਿਯੋਗੀ ਜਸਪ੍ਰੀਤ ਸਿੰਘ ਅਸ਼ਕ ਜੁੜੇ ਨੇ। ਜਸਪ੍ਰੀਤ, ਫਿਲਹਾਲ ਮੌਕੇ ਦੀ ਕੀ ਤਸਵੀਰ ਹੈ? ਇਸ ਤੋਂ ਪਹਿਲਾਂ ਅਸੀਂ ਦੇਖਿਆ ਕਿ ਵੱਡਾ ਇਕੱਠ ਜਿਹੜਾ ਕਿਸਾਨਾਂ ਦਾ ਇੱਥੇ ਨਜ਼ਰ ਆ ਰਿਹਾ ਸੀ। ਦੇਖੋ
ਦੇਖੋ ਅਮਨ, ਇਕੱਠ ਤਾਂ ਜੇ ਗੱਲ ਕੀਤੀ ਜਾਵੇ ਹੁਣ ਵੀ ਓਨਾ ਹੀ ਹੈ, ਪਰ ਇਕੱਠ ਦੇ ਨਾਲ ਨਾਲ ਜ਼ਰੂਰ ਜਿਹੜਾ ਆ ਹੁਣ ਇਹ ਧਰਨੇ 'ਚ ਤਬਦੀਲ ਹੋ ਲਿਆ। ਜਿਹੜਾ ਇੱਕ ਰੋਸ ਮਾਰਚ ਸੀ ਉਹ ਧਰਨੇ ਦਾ ਰੂਪ ਲੈ ਗਿਆ ਆ, ਕਿਉਂਕਿ ਇੱਥੇ ਹੁਣ ਕਿਸਾਨ ਬੈਠ ਚੁੱਕੇ ਨੇ, ਪ੍ਰਸ਼ਾਸਨ ਨਾਲ ਮੀਟਿੰਗ ਹੁੰਦੀ ਹੈ। ਪ੍ਰਸ਼ਾਸਨ ਨਾਲ ਮੀਟਿੰਗ ਹੋਣ ਤੋਂ ਬਾਅਦ ਇੱਕ ਫੈਸਲਾ ਲਿੱਤਾ ਗਿਆ ਆ ਕਿ ਜੇਕਰ ਅਸੀਂ ਪ੍ਰਧਾਨ ਮੰਤਰੀ ਤੱਕ ਪਹੁੰਚ ਨਹੀਂ ਕਰ ਸਕਦੇ ਤਾਂ ਫਿਰ ਪ੍ਰਧਾਨ ਮੰਤਰੀ ਦਾ ਕੋਈ ਨੁਮਾਇੰਦਾ, ਜਾਣੀ ਕਿ PMO ਤੋਂ ਕੋਈ ਅਧਿਕਾਰੀ ਜਾਂ ਫਿਰ ਕੋਈ ਕੇਂਦਰੀ ਮੰਤਰੀ ਇੱਥੇ ਪਹੁੰਚੇ ਅਤੇ ਸਾਡੀਆਂ ਜਿਹੜੀਆਂ ਉਹ ਗੱਲਾਂ ਸੁਣੇ ਅਤੇ ਉਹਨੂੰ ਅਸੀਂ ਸਵਾਲ ਕਰਾਂਗੇ। ਸਵਾਲ ਉਹੀ ਨੇ ਜਿਹੜੇ 11 ਸਵਾਲ ਭਾਜਪਾ ਦੇ ਹਰ ਇੱਕ ਆਗੂ ਨੂੰ ਪੁੱਛੇ ਜਾ ਰਹੇ ਨੇ, ਸੋ ਉਹ ਸਵਾਲ ਲੈ ਕੇ ਅੱਜ ਜਿਹੜੇ ਪਹੁੰਚੇ ਸੀ ਪ੍ਰਧਾਨ ਮੰਤਰੀ ਤੱਕ ਪਹੁੰਚ ਜੀ ਜਿਹੜਾ ਆ ਰੋਕ ਲਿੱਤਾ, ਭਰੋਸਾ ਦਿੱਤਾ ਕਿ ਅਸੀਂ ਕੋਈ ਨਾ ਕੋਈ ਅਧਿਕਾਰੀ ਇੱਥੇ ਲੈ ਕੇ ਆਵਾਂਗੇ ਅਤੇ ਜਦ ਤੱਕ ਤੁਸੀਂ, ਪਰ ਹੁਣ ਪੁਲਿਸ ਵੀ ਥੋੜ੍ਹੀ ਸ਼ਾਂਤ ਨਜ਼ਰ ਆ ਰਹੀ ਹੈ ਅਤੇ ਧਰਨਾ ਵੀ ਥੋੜ੍ਹਾ ਸ਼ਾਂਤ ਹੋ ਚੁੱਕਿਆ। ਸਟੇਜ ਇੱਥੇ ਹੀ ਲਾ ਲਿੱਤੀ ਜਾ ਰਿਹਾ ਇੱਕ ਇੱਕ ਕਰਕੇ ਅਤੇ ਇੱਥੇ ਹੀ ਜਿਹੜਾ ਹੁਣ ਕੁਝ ਕਿਸਾਨ ਆਪ ਇੱਕ ਮੁਕੱਦਰਾ ਵੀ ਦਰਜ ਕਰਾਵਾਂਗੇ, ਕਿਉਂਕਿ ਹੰਸਰਾਜ ਹੰਸ ਨੇ ਜੋ ਕਿਸਾਨਾਂ ਲਈ ਸ਼ਬਦਾਵਲੀ ਵਰਤੀ ਆ, ਜੋ ਦੇਸ਼ 'ਚ ਪਾੜ ਪਾਉਣ ਵਾਲੀ ਗੱਲ ਕੀਤੀ, ਉਸ ਨੂੰ ਲੈ ਕੇ ਇਹਨਾਂ ਨੇ ਕਿਹਾ ਕਿ ਅਸੀਂ ਮੁਕੱਦਮਾ ਜਿਹੜਾ ਦਰਜ ਕਰਾਵਾਂਗੇ। ਤੁਹਾਡੇ ਸਾਹਮਣੇ ਤਸਵੀਰਾਂ ਦਿਖਾ ਰਹੇ ਹਾਂ ਸਾਰੇ, ਕਿਉਂਕਿ ਸ਼ੈਡ ਥੱਲੇ ਹੁਣ ਆ ਚੁੱਕੇ ਨੇ ਟੋਲ ਪਲਾਜ਼ੇ ਦੀ, ਛਾਂ ਹੋਣ ਕਰਕੇ ਬੈਠਣਾ ਸੌਖਾ ਆ।